ਫਰੀਦਕੋਟ ਦੇ ਇਲਾਕੇ ਵਿੱਚ ਅੱਜ ਕੱਲ੍ਹ ਚੋਰਾਂ ਦਾ ਪੂਰਾ ਰਾਜ ਹੈ। ਨਾਲ ਲੱਗਦੇ ਪਿੰਡਾਂ ਵਿੱਚ ਵੀ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਲੰਘੀ ਰਾਤ ਫਰੀਦਕੋਟ ਦੇ ਪਿੰਡ ਸੁਖਨਾ ਵਾਲਾ 'ਚ ਚੋਰਾਂ ਨੇ 4 ਵੱਖ ਵੱਖ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਉਹਨਾਂ ਨੂੰ 2 ਘਰਾਂ ਵਿੱਚੋਂ ਤਾਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ, ਜਦਕਿ 2 ਘਰਾਂ ਵਿੱਚੋਂ ਉਹਨਾਂ ਨੂੰ 5 ਤੋਲੇ ਸੋਨਾ ਅਤੇ 1,38,000 ਦੀ ਨਕਦੀ ਲੁੱਟਣ 'ਚ ਸਫਲਤਾ ਹਾਸਲ ਹੋਈ ਹੈ। ਉੱਧਰ ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਇਹਨਾਂ ਚੋਰੀ ਦੀ ਵਾਰਦਾਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਤੜਕੇ 3 ਵਜੇ ਪਤਾ ਲੱਗਿਆ ਸੀ, ਮੈਂ ਉੱਠਿਆ ਮੂੰਹ ਧੋਣ, ਉਦੋਂ ਪੀਪਾ ਬਾਹਰ 'ਚ ਲੱਗਿਆ ਪਿਆ। ਮੈਂ ਕਿਹਾ ਬਾਹਰ ਪੀਪਾ ਕਿਹਨੇ ਲਾਇਆ, ਬੁੜੀਆਂ ਨੂੰ ਉਠਾਇਆ ਯਾਰ, ਮੈਨੂੰ ਤਾਂ ਪਤਾ ਨਹੀਂ। ਫਿਰ ਮੈਂ ਕਿਹਾ ਆਹ ਬਾਹਰ ਦਾ ਆਰਡਰ ਲੱਗਾ ਸੀ, ਆਰਡਰ ਖੋਲਿਆ ਤੂੰ ਬਾਹਰ ਭੇੜਿਆ। ਬਾਹਰ ਮੁੜ ਕੇ ਅਸੀਂ ਬਾਹਰ ਖੋਲ੍ਹ ਕੇ ਵੇਖਿਆ, ਸਾਰਾ ਕੁਛ ਖਿਲਾਰਿਆ ਪਿਆ ਅਤੇ ਰੈਫਲ ਦੀ ਤਾਂ ਉੱਥੇ ਪਈ, ਬਾਕੀ ਸਾਰਾ ਕੁਛ ਪੇਟੀ 'ਚ ਸੋਨਾ ਸੀਗਾ 5 ਕਤੋਲੇ, ਉਹ 5 ਉੱਤੇ ਬਣਾ 5 ਤੋਲੇ ਸੋਨਾ ਸੀ ਅਤੇ 1,32,000 ਰੁਪਈਆ ਸੀ ਅਤੇ ਸਾਰਾ ਲੈ ਗਏ। ਕੋਈ ਪਤਾ ਨਹੀਂ ਮੈਨੂੰ, ਪਤਾ ਨਹੀਂ ਕੀ ਸੁਣਾਇਆ ਕੀ ਨਹੀਂ ਸੁਣਾਇਆ, ਮੈਨੂੰ ਜਾਗ ਹੀ ਨਹੀਂ ਆਈ। ਮੈਂ ਰਾਤ ਨੂੰ 3-4 ਵਾਰੀ ਉੱਠਦਾ ਸੀ ਅਤੇ ਮੈਨੂੰ ਜਾਗ ਹੀ ਨਹੀਂ ਆਈ, ਪਿਸ਼ਾਬ ਨੂੰ ਕਰਨ ਨੂੰ ਪਤਾ ਨਹੀਂ ਲੱਗਿਆ ਕੀ ਹੋਇਆ ਕੀ ਨਹੀਂ। 6 ਤੋਲੇ ਸੋਨਾ, ਹਾਂਜੀ ਸਾਰਾ ਕੁਛ ਲੈ ਗਏ। ਘਰ ਦੇ ਵਿੱਚ ਉਸ ਟਾਈਮ ਕੌਣ ਕੌਣ ਸੀ ਰਾਤ ਤੁਸੀਂ? ਅਸੀਂ ਘਰ 'ਤੇ ਸੀਗੇ ਜੀ, 6 ਜੀ ਸੀਗੇ ਜੀ, ਮੇਰੀ ਮਾਤਾ ਸੀ, ਮੇਰੇ ਘਰ ਵਾਲੀ ਸੀ, 2 ਬੱਚੇ ਸੀ। ਕੋਈ ਪਤਾ ਨਹੀਂ ਲੱਗਿਆ ਵਾਰਦਾਤ ਅਚਾਨਕ ਹੀ 4 ਘਰਾਂ 'ਤੇ ਰਾਤੀ ਅਟੈਕ ਹੋਇਆ ਜੀ, ਲਗਭਗ 1/2 ਰਾਤ ਦਾ ਸਮਾਂ ਜੀ, ਅਤੇ ਪਿੰਡ ਦੇ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਹੈ, ਲੋਕ ਡਰੇ ਹੋਏ ਆ, ਸਹਿਮੇ ਹੋਏ ਆ। ਪੁਲਿਸ ਪਾਰਟੀ ਸਵੇਰੇ ਪਹੁੰਚੀ ਹੈ, ਬਹੁਤ ਮਤਲਬ ਨੁਕਸਾਨ ਲਗਭਗ 4-5 ਲੱਖ ਦੇ ਨੁਕਸਾਨ ਹੋਇਆ। 2 ਘਰ ਆ ਜਿਹੜੇ ਬਚ ਗਏ, ਉਹਨਾਂ ਤੋਂ ਕੁਛ ਮਿਲਿਆ ਨਹੀਂਗਾ, ਅਤੇ ਬਾਕੀ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। ਸਾਡੀ ਪੁਰਜ਼ੋਰ ਮੰਗ ਹੈ ਵੀ ਇਸ ਦੀ ਵੱਧ ਤੋਂ ਵੱਧ ਮਤਲਬ ਤਹਿਕੀਕਾਤ ਕਰਕੇ ਚੋਰ ਟਰੇਸ ਕੀਤੇ ਜਾਣ। ਇਹ ਅੱਜ ਸਵੇਰੇ ਸਾਨੂੰ ਤਲਾਹ ਮਿਲੀ ਸੀਗੀ ਕਿ ਪਿੰਡ ਦੇ ਵਿੱਚ ਜਿਹੜੀ ਆ ਉਹ ਚੋਰੀ ਹੋਈ ਆ, ਅਤੇ ਜਿਹਦੇ ਅਸੀਂ ਮੌਕੇ 'ਤੇ ਪਹੁੰਚ ਕੇ ਆਪਣੀ ਫਿੰਗਰਪ੍ਰਿੰਟ ਟੀਮ ਅਤੇ ਹੋਰ ਜਿਹੜੇ ਸਾਡੀ ਟੈਕਨੀਕਲ ਸੈੱਲ ਦੇ ਸੀਗੇ, ਅਸੀਂ ਪਹੁੰਚ ਕੇ ਉੱਥੇ ਤਫਤੀਸ਼ ਕੀਤੀ ਹੈ। 2 ਘਰਾਂ ਦੇ ਵਿੱਚ ਕਿੱਕਰ ਸਿੰਘ ਅਤੇ ਗੁਰਮੇਲ ਸਿੰਘ ਦੇ ਘਰ ਤੋਂ ਪੈਸੇ ਅਤੇ ਸੋਨਾ ਚੋਰੀ ਹੋਇਆ ਥੋੜ੍ਹਾ, ਅਤੇ ਉਸ ਸੰਬੰਧ 'ਚ ਅਸੀਂ ਮੁਕੱਦਮਾ ਦਰਜ ਕਰ ਲਿਆ ਅਤੇ ਤਫਤੀਸ਼ ਸਾਡੀ ਜਾਰੀ ਆ, ਜਲਦੀ ਜਿਹੜੀ ਆ ਉਹ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਕਵਰੀ ਕਰਾਂਗੇ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਪੰਜਾਬ ਟੂਡੇ।